ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦਾ ਨਾਮ ਲੈ ਕੇ ਸਿਗਰਟਾਂ ਫੂਕ ਰਹੇ ਨੇ, ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਦੇ ਨੇ, ਕਿਉਂਕਿ ਮਾਰਾਂਗੇ ਜੀ, ਜੁੱਤੀਆਂ ਮਾਰੋ, ਜੁੱਤੀਆਂ ਮਾਰਾਂਗੇ ਵੀ ਨਾਲ ਖੜ ਕੇ। ਮੈਂ ਤਾਂ ਫੋਟੋ ਲਾ ਕੇ ਸਾਈਂ ਜੀ ਦੀ ਰੋਜ਼ ਠੱਗੀਆਂ ਮਾਰਾਂ, ਰੋਜ਼ ਹੀ ਲੱਖਾਂ ਰੁਪਏ ਦੀਆਂ। ਸਾਈਂ ਜੀ ਡੱਗ ਹੋਗੇ ਕਿ ਮੈਂ ਡੱਗ ਹੋਇਆ ਨਾ? ਸਾਈਂ ਜੀ ਨੇ ਕਦੀ ਨਸ਼ਾ ਪ੍ਰਮੋਟ ਕੀਤਾ? ਤੁਹਾਨੂੰ ਵੀਡੀਓ ਭੇਜੂੰਗਾ ਤੁਹਾਡੇ ਪੱਤਰਕਾਰ ਸਾਹਿਬ ਮੋਬਾਈਲ ਦੇ ਉੱਤੇ, ਜਿਹਦੇ ਸਾਈਂ ਜੀ ਕਹਿ ਰਹੇ ਆ ਵੀ ਜਿਹੜਾ ਜਿਹੜਾ ਨਸ਼ੇ ਵਾਲੇ ਇਹਨਾਂ ਨੂੰ ਚੱਕ ਚੱਕ ਕੇ ਬਾਹਰ ਸੱਟੋ ਸਟੇਜ ਦੇ, ਹੁਣ ਮਾਈਕ ਕਹਿ ਰਹੇ ਨੇ। ਉੱਥੇ ਭੋਲੇਨਾਥ ਜੀ ਵੀ ਨੇ, ਵਾਹਿਗੁਰੂ ਮਤਲਬ ਗੁਰੂ ਨਾਨਕ ਦੇਵ ਜੀ ਵੀ ਨੇ, ਮਹਾਮਾਈ ਦੀ ਵੀ ਫੋਟੋ ਲੱਗੀ ਹੋਈ ਹੈ ਬੜੀ ਵੱਡੀ ਸਾਰੀ, ਅਤੇ ਮਾਂ ਚਿੰਤਪੁਰਨੀ ਦੀ ਵੀ ਫੋਟੋ ਲੱਗੀ ਹੈ। ਉਹ ਸਾਈਂ ਜੀ ਆਪ ਥੱਪੜ ਮਾਰ ਮਾਰ ਕੇ ਚਿੰਤਪੁਰਨੀ ਭੇਜ ਦਿੰਦੇ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਜਾਇਆ ਕਰੋ, ਮੇਰੇ ਕੋ ਕੀ ਕਰਨਾ ਨੇ। ਮਤਲਬ ਇੱਕ ਸਿੰਗਰ ਜਿਹਨੂੰ ਕੋਈ ਬੁਲਾਉਂਦਾ ਨਹੀਂ, ਜਿਹਨੂੰ ਕੋਈ ਪੁੱਛ ਨਹੀਂ ਰਿਹਾ, ਉਹ ਕਰ ਰਿਹਾ ਮੈਂ ਗਾਊਂਗਾ ਨਹੀਂ ਜੀ, ਤੈਨੂੰ ਬਾਨੀ ਸਾਹਿਬ ਬੁਲਾਇਆ ਕਿੰਨੇ? ਉਹ ਮੈਂ ਕਹਿੰਦਾ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦੇਵੇ, ਮੈਂ ਕੀ ਲੈਣਾ? ਮੈਂ ਕਹਿੰਦਾ ਹੂ ਇਜ਼ ਜੱਸੀ, ਮੈਂ ਯਾਰ ਸੱਟਾਂਗਾ ਤੇਰੇ ਵਰਗੇ, ਤੈਨੂੰ 2 ਘੰਟੇ ਨੇ ਚਵਾ ਲਾਂਗਾ। ਉਹ ਭਾਜੀ ਬੁਲਾਏਗਾ ਕੌਣ ਇੱਦਾਂ ਦੀ ਖੋਤੀਆਂ ਨੂੰ? ਅੱਜ ਆਪਣੀ ਅੱਜ ਜਦੋਂ ਪਤਾ ਮਰ ਮੌਜੂਦ ਹੈ ਨਹੀਂ, ਕੋਈ ਪੁੱਛਣ ਵਾਲਾ ਹੈ ਨਹੀਂ, ਹੁਣ ਕਹਾਂ ਜਾ ਚੱਲ ਜਾ ਕਨੇਡਾ ਕਨੂੰਡਾ ਵਰਗੇ ਦੇ ਜੇ ਬਹਿ ਕੇ। ਕੇ ਪੀ ਐਸ ਗਿੱਲ ਸਾਨੂੰ 2-2 ਘੰਟੇ 'ਚ ਸਾਡੇ ਕੋਲ ਗਵਾਉਂਦਾ ਸੀ ਡਾਂਸ ਕਰਾਉਣਾ, ਜਦੋਂ ਜਿੰਦਾ ਸੀ ਉਦੋਂ ਨਹੀਂ ਬੋਲਿਆ? 100-100 ਵਾਲੇ 2-2 ਸਵਾਲੇ ਇਕੱਠੇ ਕਰਕੇ ਲੈ ਜਾਂਦੇ, ਬਸ ਇਹ ਇਹਨਾਂ ਦਾ ਕੰਮ ਹੈ, ਜਾਂ ਕਬੂਤਰਬਾਜ਼ੀਆਂ ਕਰਦੇ ਹੋਣਗੇ, ਹੋਰ ਕੀ ਕਰਨਾ ਇਹਨਾਂ ਨੇ? ਜਿਹੜੇ ਪਰਮਜੀਤ ਸਿੰਘ ਅਕਾਲੀ ਵਰਗੇ ਜਾਂ ਆਹ ਲੰਡੂ ਜੇ ਮੈਨੂੰ ਬੋਲਣ ਲੱਗ ਪਏ, ਇਹਨਾਂ ਨੂੰ ਕੀ ਰਾਈਟ ਹੈ? ਤੁਹਾਨੂੰ 5 ਮਿੰਟ ਲੱਗ ਗਏ ਮੈਨੂੰ ਯਾਦ ਕਰਾਉਣ ਲਈ ਜਸਵੀਰ ਜੱਸੀ ਕੌਣ ਹੈ, ਉਹਦੀ ਕੀ ਔਕਾਤ ਹੈ? ਅੰਮ੍ਰਿਤਧਾਰੀ ਸਿੱਖ ਮੈਂ ਭਰਾ ਦੇਖੇ ਨੇ ਆਪਣੇ ਜਿਹੜੇ ਉੱਥੇ ਸੇਵਾ ਕਰਦੇ ਨੇ। ਜਦੋਂ ਗੁਰਦਾਸ ਮਾਨ ਜੀ ਨੇ ਕਿਹਾ ਵੀ ਜਦੋਂ ਗੁਰੂ ਰਾਮਦਾਸ ਜੀ ਦੀ ਗੱਲ ਕੀਤੀ ਸੀ, ਉਹ ਵੀ ਭੱਲੇ ਕੰਪੈਰੀਜ਼ਨ ਗੁਰੂਆਂ ਨਾਲ ਹੋ ਸਕਦਾ? ਮੈਂ ਕਹਿੰਦਾ ਸਾਈਂ ਜੀ ਦਾ ਵੀ ਨਹੀਂ ਹੈਗਾ। ਬੇਸਿਕਲੀ ਸਿੱਖ ਧਰਮ ਅੱਜ ਅਲੱਗ ਗਿਣਿਆ ਜਾਂਦਾ, ਲੇਕਿਨ ਕਾਸਟਾਂ ਤਾਂ ਉਹੀ ਨੇ। ਸਾਈਂ ਲਾਡੀ ਸ਼ਾਹ ਜੀ ਦਾ ਨਾਮ ਮਤਲਬ ਇਹਨਾਂ ਦਾ ਗੋਤਰ ਕੀ ਹੈ? ਇਹਨਾਂ ਦਾ ਗੋਤਰ ਹੈ ਭੱਲਾ, ਕਾਸਟ ਇਹਨਾਂ ਦੀ ਭੱਲਾ ਹੈ। ਇੱਕ ਅੱਧੀ ਹਿੰਦੂਆਂ ਦੀ ਹੋਈ ਕਿ ਮੁਸਲਮਾਨ ਦੀ ਹੋਈ? ਮੈਨੂੰ ਇਹ ਸਮਝਾਓ। ਸੂਫੀ ਇੱਕ ਪਾਰਟੀ ਹੈ ਸਨਾਤਨ ਦਾ, ਲੇਕਿਨ ਉਹ ਸ਼ਬਦ ਜਿਹੜੇ ਹੈ ਨਾ, ਜਿਵੇਂ ਸਮਾਧ ਨੂੰ ਕਬਰ ਕਹਿ ਦਿੱਤਾ ਗਿਆ, ਰੰਗ ਹਰਾ ਯੂਜ਼ ਹੋ ਗਿਆ ਅਤੇ ਸੰਤਰੀ ਨਹੀਂ ਯੂਜ਼ ਹੋਇਆ, ਉਹ ਰੰਗ ਦੇ ਹਿਸਾਬ ਨਾਲ। ਹੁਣ ਮੇਰੇ ਦਾਦਾ ਜੀ ਉਰਦੂ ਹੀ ਲਿਖਦੇ ਸੀ, ਉਰਦੂ ਹੀ ਪੜ੍ਹਦੇ ਸੀ, ਮਤਲਬ ਕੀ ਮੁਸਲਮਾਨ ਹੋ ਗਏ? ਜਿਹੜੇ ਸਰਟੀਫਿਕੇਟ ਵੰਡਣ ਨਿਕਲਦੇ ਹੋ, ਪਹਿਲਾਂ ਆਪਣੀ ਪੜ੍ਹਾਈ ਦਾ ਕਰ ਲਓ ਯਾਰ, ਤੁਹਾਡੇ ਕੋਲ ਪੜ੍ਹਾਈ ਕੀ ਹੈ? ਹੁਣ ਇਹਨੂੰ ਪੁੱਛਣ ਵਾਲਾ ਹੋਵੇ, ਤੈਨੂੰ ਕਦੀ ਕਿਸੇ ਨੇ ਫੋਨ ਕੀਤਾ? ਇੱਕ ਪਰੂਫ ਜ਼ਰੂਰ ਦਿਖਾਈ ਇੰਟਰਵਿਊ ਦੇਖਣ ਤੋਂ ਬਾਅਦ ਵੀ ਤੈਨੂੰ ਫੋਨ ਆਇਆ ਵੀ ਤੂੰ ਡੇਰੇ 'ਤੇ ਖਾਣਾ, ਤੂੰ ਮਨਾ ਕਰਤਾ ਹੋਵੇ, ਤੂੰ ਆਪਣੇ ਆਪ ਨੂੰ ਕਹਿੰਦਾ ਜਸਵੀਰ ਜੱਸੀ ਜਾਂ ਕੋਈ ਵੀ ਗੱਲ, ਤੇਰੀ ਦੇਣ ਕੀ ਪੰਜਾਬ ਨੂੰ? ਦੱਸ ਦੂ ਕੀ ਵਿਰਸਾ ਸੰਭਾਲਿਆ? ਤੂੰ ਜਿਹੜਾ ਦਿਲ ਲੈ ਗਈ ਕੁੜੀ ਗੁਜਰਾਤ ਲਈ, ਤੁਸੀਂ ਗਾਣੇ ਦੀ ਗੱਲ ਕਰਦੇ ਹੋ, ਕੀ ਉਹਦੇ 'ਚ ਇਹਨੇ ਪੰਜਾਬ ਦੀ ਝਾਂਕੀ ਪੇਸ਼ ਕੀਤੀ ਸੀ ਕਿ ਕੁੜੀਆਂ ਦੇ ਨੰਗੇ ਸਰੀਰ ਪੇਸ਼ ਕੀਤੇ ਸੀ? ਇਹਨਾਂ ਦੇ ਫੰਕਸ਼ਨ ਚੱਲਦੇ ਨੇ ਜਾਂ ਫਿਰ ਕਵਾਲੀਆਂ ਹੁੰਦੀਆਂ ਨੇ ਉੱਥੇ? ਮੈਂ ਦੱਸਦਾ ਉੱਥੇ ਕੀ ਹੁੰਦਾ ਹੈ, ਉੱਥੇ ਹਰ ਇੱਕ ਕਲਾਕਾਰ ਪਹੁੰਚਦਾ ਹੈ, ਉੱਥੇ ਸਟੇਜਾਂ ਦੇ ਤੁਸੀਂ ਅੱਗੇ ਪਿੱਛੇ ਦੀ ਗੱਲ ਕਰਿਓ ਤਾਂ ਸਿਗਰਟਾਂ ਚੱਲਦੀਆਂ ਹੁੰਦੀਆਂ ਨੇ। ਮੈਨੂੰ ਦਰਬਾਰ ਜਾਂਦੇ ਅੱਜ 10 ਸਾਲ ਹੋ ਗਏ ਆ, ਮੈਂ ਤਾਂ ਉੱਥੇ ਸਿਗਰਟ ਦਾ ਟੋਟਾ ਵੀ ਨਹੀਂ ਦੇਖਿਆ ਕਦੀ। ਜੇ ਤੂੰ ਗੱਲ ਕਰਨਾ ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਦੀ, ਨਕੋਦਰ ਦਰਬਾਰ ਦੀ, ਮੈਨੂੰ ਦੱਸੇ ਉੱਥੇ ਕਦੋਂ ਸਿਗਰਟ ਦੇਖੀ ਹੈ? ਸਾਈਂ ਜੀ ਸਿਗਰਟ ਪੀਂਦੇ ਸੀ, ਸਿਗਰਟ ਕਿਹੜੀ ਪੀਂਦੇ ਸੀ? ਕਵੰਡਰ ਦੀ ਖਾਲੀ ਸਿਗਰਟ ਹੁੰਦੀ ਸੀ, ਇਹ ਉਹਨਾਂ ਨੂੰ ਸੁਲਫਾ ਕਹਿੰਦੇ ਆ। ਜਿੱਥੇ ਸਿਗਰਟ ਚੱਲਦੀ ਹੈ, ਜਿਹੜਾ ਨਸ਼ਾ ਪਰੋਸਦੇ ਪਏ ਆ, ਨਸ਼ੇ ਨੂੰ ਵਧਾਵਾ ਦੇ ਰਹੇ, ਉਹਨਾਂ ਨੂੰ ਟੋਕੋ, ਅਸੀਂ ਨਾਲ ਖੜਦੇ ਹਾਂ। ਲੇਕਿਨ ਸਾਈਂ ਜੀ ਦੇ ਡੇਰੇ ਨੂੰ ਬਦਨਾਮ ਕਰੋਗੇ, ਫਿਰ ਅਸੀਂ ਜ਼ੋਰ ਪੁਰਜ਼ੋਰ ਵਿਰੋਧ ਪਹਿਲਾਂ ਵੀ ਕੀਤਾ ਸੀ, ਫਿਰ ਜੱਸੀ ਹੋਵੇ ਫੱਸੀ ਹੋਵੇ ਸਾਨੂੰ ਕੋਈ ਫਰਕ ਨਹੀਂ ਹੈਗਾ। ਮੈਂ ਕਹਿੰਦਾ ਅੱਜ ਮੈਂ ਤੁਹਾਨੂੰ ਔਨ ਕੈਮਰੇ ਕਰ ਦਿੰਦਾ, ਗੱਲ ਮੇਰੀ ਅਟਪਟੀ ਲੱਗਣੀ, ਤੈਨੂੰ ਮਹੀਨੇ 'ਚ ਪਤਾ ਲੱਗ ਜੂਗਾ, ਆਪ ਹੀ ਬੋਲਣ ਉਹ ਮਜਬੂਰ ਹੋ ਜਾਏਗਾ ਵੀ ਨਹੀਂ ਯਾਰ ਮੈਂ ਗਲਤ ਕਹਿਤਾ ਸੀ। ਸਲਮਾਨ ਖਾਨ ਵਰਗਾ ਬੰਦਾ ਉੱਥੋਂ ਦੀ ਬੰਬੇ ਤੋਂ ਚੱਲ ਕੇ ਸਿਰਫ ਇਹ ਜਗ੍ਹਾ 'ਤੇ ਮੱਥਾ ਟੇਕਣ ਆਇਆ ਸੀ। ਇਹਦੀ ਗੱਲ ਮੰਨ ਲੈਣਾ, ਪਹਿਲਾਂ ਸਿਗਰਟ ਪੀਂਦੇ ਸੀ ਉਹ,
ਅੱਜ ਅੱਜ ਕੀ ਅੱਜ ਲੋਕ ਕਿਉਂ ਜਾਂਦੇ ਆ ਜੀ? ਉਹ ਜੱਸੀ ਜਵਾਬ ਦੇਵੇ ਵੀ ਅੱਜ ਕਿਉਂ ਜਾਂਦੇ ਨੇ ਲੋਕ? ਕਈ ਵਾਰੀ ਤਾਂ ਗਾਲਾਂ ਵੀ ਕੱਢ ਦਿੰਦੇ ਸੀ ਸਟੇਜ 'ਤੇ, ਕੱਢਦੇ ਸੀ। ਸ਼ਾਇਦ ਉਹ ਜਨਮ ਦੁਬਾਰਾ ਲਵਾਂਗੇ, ਕਦੀ ਕਦੀ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਗਾਲਾਂ ਖਾਣ ਅਸੀਂ ਕਹਿੰਦੇ ਵੀ ਅੱਜ ਵੀ ਆ ਕੇ ਕੱਢ ਦੇਣ। ਅੱਗੇ ਪੰਜਾਬ ਪੰਜਾਬ ਦੇ ਵਿੱਚ ਨਕੋਦਰ ਨਕੋਦਰ ਦੇ ਵਿੱਚ ਪੰਜਾਬ ਦੇ ਸਰਾਊਂਡਿੰਗ ਪੰਜਾਬ ਦੇ ਵਿੱਚ ਹੀ ਮੈਂ ਭੁਲਾਉਂਦੀਆਂ ਸਾਈਂ ਜੀ ਦੀਆਂ। ਅੱਜ ਦਿੱਲੀ, ਹਰਿਆਣਾ, ਰਾਜਸਥਾਨ ਤੱਕ, ਬਾਹਰ ਫੋਰਨ ਤੱਕ ਮੈਂ ਭੁਲਾ ਰਹੀ ਹਾਂ। ਕਿਉਂ ਹੋ ਰਹੀਆਂ? ਮੈਂ ਰੋਜ਼ ਲੁਧਿਆਣੇ ਤੋਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੋਜ਼ ਮੇਰੀ ਅਲਫਾਜ਼ ਸੁਣ ਲੈਣਾ, ਮੈਂ ਨਕੋਦਰ ਮੱਥਾ ਟੇਕਣ ਜਾਂਦਾ ਵੀ ਤੁਹਾਡੇ ਜਜ਼ਬਾਤਾਂ ਲਈ, ਤੁਹਾਡੀ ਰਾਜਨੀਤਿਕ ਮਨਸ਼ਾ ਲਈ ਤੁਸੀਂ ਕਿਸੇ ਨੂੰ ਵੀ ਮੈਨੂਪਲੇਟ ਕਰੋ, ਇਹ ਨਹੀਂ ਗੱਲ ਹੁੰਦੀ। ਮੈਂ ਕੀ ਕਹਾਂ, ਸਵਿਮ ਸੂਟ ਦੇ ਵਿੱਚ ਕੁੜੀਆਂ ਨੇ ਜਾ ਕੇ ਤੂੰ ਅੱਜ ਸਰਟੀਫਿਕੇਟ ਵੰਡਣ ਨਿਕਲਿਆ, ਤੂੰ ਤੇਰੀ ਕਿਉਂ ਕਾਤ ਹੈ ਯਾਰ? ਸਤਿ ਸ਼੍ਰੀ ਅਕਾਲ, ਸਿਟੀ ਹੈਡਲਾਈਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਗੱਲ ਕਰਨ ਲੱਗੇ ਹਾਂ ਨਕੋਦਰ ਦਰਬਾਰ ਦੀ। ਜ਼ਿਆਦਾਤਰ ਲੋਕ ਉੱਥੇ ਸਜਦਾ ਕਰਦੇ ਨੇ, ਸਲਾਮ ਕਰਦੇ ਨੇ, ਪਰ ਕੁਛ ਲੋਕ ਹੁਣ ਜਿਹੜੇ ਵਿਰੋਧ ਦੇ ਵਿੱਚ ਆ ਰਹੇ ਨੇ। ਉੱਥੇ ਇਹ ਟਿੱਪਣੀਆਂ ਹੋ ਰਹੀਆਂ ਕਿ ਉੱਥੇ ਨਸ਼ਾ ਪ੍ਰਮੋਟ ਹੁੰਦਾ ਹੈ। ਸੋ ਸਾਡੇ ਨਾਲ ਜੁੜੇ ਨੇ ਰੋਹਿਤ ਸਾਨੀ ਜੀ, ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਸਵਾਗਤ ਹੈ ਤੁਹਾਡਾ। ਜੈ ਸ਼੍ਰੀ ਰਾਮ ਜੀ, ਜੈ ਮਾਤਾ ਦੀ। ਸਰ, ਨਕੋਦਰ ਦਰਬਾਰ ਨੂੰ ਮੰਨਦੇ ਹੋ? ਬਿਲਕੁਲ ਮੰਨਦਾ ਸਰ। ਅਸੀਂ ਗੱਲ ਉਹਨਾਂ ਦੀ ਕਰ ਰਹੇ ਹਾਂ ਜਿਹੜੇ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਚੱਲ ਰਹੇ ਨੇ। ਜਸਵੀਰ ਜੱਸੀ ਉਹਨੀ ਕਹਿ ਰਹੇ ਨੇ ਕਿ ਉੱਥੇ ਨਸ਼ਾ ਪ੍ਰਮੋਟ ਹੋ ਰਿਹਾ। ਜਸਵੀਰ ਜੱਸੀ ਕੌਣ ਹੈ? ਜਸਵੀਰ ਜੱਸੀ ਸਿੰਗਰ ਹੈ, ਜਿਸ ਵੱਲੋਂ ਸਿੰਗਰ ਹੈ। ਹਾਂਜੀ, ਮੈਂ ਤੁਹਾਡੇ ਮੂੰਹ ਸੁਣ ਰਿਹਾ। ਮੈਨੂੰ ਕੀ ਪਤਾ ਭਾਅ ਜੀ, ਹੁਣ ਜਿਹੜਾ ਬੰਦੇ ਨੂੰ ਤੁਸੀਂ ਹੁਣ ਦੇਖੋ, ਪੱਤਰਕਾਰ ਸਾਹਿਬ, ਤੁਹਾਨੂੰ 5 ਮਿੰਟ ਲੱਗ ਗਏ ਮੈਨੂੰ ਯਾਦ ਕਰਾਉਣ ਲਈ ਜਸਵੀਰ ਜੱਸੀ ਕੌਣ ਹੈ, ਉਹਦੀ ਕੀ ਔਕਾਤ ਹੈ, ਉਹ ਗੱਲ ਕਿਹਦੇ ਬਾਰੇ ਕਰ ਰਿਹਾ? ਵੀ ਬਾਬਾ ਮੁਰਾਦ ਸ਼ਾਹ ਜੀ ਬਾਰੇ, ਸਾਈਂ ਲਾਡੀ ਸ਼ਾਹ ਜੀ ਬਾਰੇ? ਦੇਖੋ, ਮੈਂ ਫਿਰ ਇੱਕ ਗੱਲ ਕਰਨਾ, ਡਿਬੇਟ ਕਰੋ, ਉਹਨੂੰ ਨਾ ਡਿਬੇਟ ਵਾਲਾ ਕੋਈ ਨਹੀਂ ਮਿਲਿਆ। ਹੁਣ ਅੱਜ ਦੀ ਡੇਟ ਜੋ ਬੁਝਿਆ ਦੀਵਾ, ਕਦੋਂ ਲਾਸਟ ਸ਼ੋਅ ਦੇਖਿਆ ਤੁਸੀਂ? ਬੀਂਗਾ ਛੱਡ ਦਿਓ, ਪੱਤਰਕਾਰ 2 ਮਿੰਟ ਪੱਤਰਕਾਰ ਦੇ ਉਹਰੇ ਤੋਂ ਬਾਹਰ ਆ ਜਾਓ, ਦੱਸੋ ਜਸਵੀਰ ਜੱਸੀ ਨੂੰ ਕਦੀ ਸ਼ੋਅ ਲਾਉਂਦੇ ਦੇਖਿਆ ਕਿਤੇ? ਦੇਖਿਆ ਉਹ ਬਿਆਨ ਦਿੰਦਾ, ਮੈਨੂੰ ਹੁਣ ਯਾਦ ਆਇਆ ਤੁਹਾਡੀ ਗੱਲ, ਇਹਨੇ ਪਿੱਛੇ ਇਹ ਵੀ ਬਿਆਨ ਦਿੱਤਾ ਸੀ ਵੀ ਡੇਰੇ 'ਤੇ ਮੈਂ ਜਾ ਕੇ ਗਾਊਂਗਾ ਨਹੀਂ, ਕਿਸੇ ਡੇਰਿਆਂ 'ਤੇ ਜਾ ਕੇ ਗਾਊਂਗਾ ਨਹੀਂ, ਉਹੀ ਵਾਲਾ ਨਾ ਜੀ? ਹੁਣ ਇਹਨੂੰ ਪੁੱਛਣ ਵਾਲਾ ਹੋਵੇ, ਤੈਨੂੰ ਕਦੀ ਕਿਸੇ ਨੇ ਫੋਨ ਕੀਤਾ? ਇੱਕ ਪਰੂਫ ਜ਼ਰੂਰ ਦਿਖਾਈ ਇਹ ਇੰਟਰਵਿਊ ਦੇਖਣ ਤੋਂ ਬਾਅਦ ਵੀ ਤੈਨੂੰ ਫੋਨ ਆਇਆ ਵੀ ਤੂੰ ਡੇਰੇ 'ਤੇ ਗਾਣਾ, ਤੂੰ ਮਨਾ ਕਰਤਾ ਹੋਵੇ? ਜਦੋਂ ਤੁਸੀਂ ਇਹ ਹਿੰਦੁਸਤਾਨ ਤੋਂ ਜਹਾਜ਼ ਚੜ੍ਹ ਕੇ ਬਾਹਰ ਪਹੁੰਚ ਜਾਂਦੇ ਹੋ ਨਾ, ਜਿਵੇਂ ਇੱਥੇ ਇਹਨਾਂ ਨੇ ਬੰਦੇ ਰੱਖੇ ਹੁੰਦੇ ਨੋਟ ਚੱਕਣ ਲਈ 10-10 ਦੇ ਨੋਟਾਂ ਲਈ, ਉੱਦਾਂ ਤਾਂ ਆਪ ਹੀ ਨੋਟ ਇਕੱਠੇ ਕਰਦੇ ਨੇ ਹੱਥਾਂ ਨਾਲ ਡੋਲਰ, ਇਹ ਇਹਨਾਂ ਦੀ ਔਕਾਤ ਸਹੀ ਵਾਲੀ ਹੈ? ਇਹ ਜਿਹੜੀਆਂ ਗੱਲਾਂ ਕਰਦੇ ਆ, ਗੱਲਾਂ ਇੰਨੀਆਂ ਮਾਰਦੇ ਆ ਵੀ ਕੀ ਮਿੱਕੀ ਦਿੱਤਾ, ਕੀ ਦੇਣ ਹੈ, ਤੇਰੀ ਕੀ ਦੇਣ ਹੈ? ਤੂੰ ਆਪਣੇ ਆਪ ਨੂੰ ਕਹਿੰਦਾ ਜਸਵੀਰ ਜੱਸੀ ਜਾਂ ਕੋਈ ਵੀ ਗੱਲ, ਤੇਰੀ ਦੇਣ ਕੀ ਪੰਜਾਬ ਨੂੰ? ਦੱਸ ਤੂੰ ਕੀ ਵਿਰਸਾ ਸੰਭਾਲਿਆ? ਤੂੰ ਜਿਹੜਾ ਦਿਲ ਲੈ ਗਈ ਕੁੜੀ ਗੁਜਰਾਤ ਲਈ, ਤੁਸੀਂ ਗਾਣੇ ਦੀ ਗੱਲ ਕਰਦੇ ਹੋ, ਕੀ ਉਹਦੇ 'ਚ ਇਹਨੇ ਪੰਜਾਬ ਦੀ ਝਾਂਕੀ ਪੇਸ਼ ਕੀਤੀ ਸੀ ਕਿ ਕੁੜੀਆਂ ਦੇ ਨੰਗੇ ਸਰੀਰ ਪੇਸ਼ ਕੀਤੇ ਸੀ? ਦੱਸੇ ਮੈਨੂੰ ਜਰਾ ਜਵਾਬ ਦੇ, ਕਾਰਨ ਕੀ ਪੈ ਗਿਆ ਉਹਨਾਂ ਨੂੰ, ਤੁਹਾਨੂੰ ਕੀ ਲੱਗਦਾ ਰੋਹਿਤ ਜੀ, ਕੀ ਕਾਰਨ ਹੈਗਾ? ਕਾਰਨ ਮੈਂ ਦੱਸ ਦਿੰਦਾ, ਪਹਿਲਾਂ ਅੱਜ ਤੋਂ ਤੁਹਾਡਾ ਕੀ ਨਾਮ ਹੈ? ਜੈ ਕੁਮਾਰ। ਜੈ ਕੁਮਾਰ ਜੀ, ਮੈਨੂੰ ਅੱਜ ਤੱਕ ਪਤਾ ਨਹੀਂ ਸੀ, ਹੁਣ ਇਹ ਜੈ ਕੁਮਾਰ ਕਿਸੇ ਧਰਮ ਦੇ ਉੱਤੇ ਟਿੱਪਣੀ ਕਰ ਦੇਵੇ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਜੈ ਕੁਮਾਰ ਕੌਣ ਹੈ ਕਿਸੇ ਵੀ ਧਰਮ ਵਿਸ਼ੇਸ਼ ਦੇ ਉੱਤੇ। ਇੱਕ ਰਿਵਾਜ਼ ਬਣ ਚੁੱਕਾ ਪੰਜਾਬ ਦੇ ਵਿੱਚ, ਖਾਸ ਕਰਕੇ ਵੀ ਜਦੋਂ ਤੁਹਾਡਾ ਸੂਰਜ ਡੁੱਬਦਾ ਹੋਵੇ ਕਿਸੇ ਧਰਮ ਦੇ ਉੱਤੇ ਟਿੱਪਣੀ ਕਰ ਲਓ। ਤੈਨੂੰ ਪਤਾ ਵੀ ਕੀ ਮਿਲਿਆ ਕੀ ਨਹੀਂ ਮਿਲਿਆ? ਉਹਨੂੰ ਕਹਿ ਕਦੀ ਇੱਦਾਂ ਕਰ, ਤੂੰ ਨਹੀਂ ਮੰਨਦਾ, ਠੀਕ ਹੈ, ਮੈਂ ਮੰਨਣ ਦੇ ਉੱਤੇ ਕਿਸੇ 'ਤੇ ਜ਼ੋਰ ਨਹੀਂ ਪਾ ਸਕਦਾ, ਮੇਰੀ ਗੱਲ ਤੁਸੀਂ ਸਮਝ ਰਹੇ ਹੋ ਵੀ ਕੋਈ ਬੰਦਾ ਮੰਨਦਾ ਕੋਈ ਬੰਦਾ ਨਹੀਂ ਮੰਨਦਾ, ਪਰ ਤੂੰ ਕਿਸੇ ਡੇਰਾ ਵਿਸ਼ੇਸ਼ ਦੀ ਗੱਲ ਕਰ ਰਿਹਾ। ਜੇ ਤਾਂ ਤੂੰ ਕਵੇਂ ਵੀ ਹਾਂ ਨਸ਼ਾ ਪਰੋਸਿਆ ਜਾਂਦਾ, ਫਿਰ ਉਹਦੀ ਗੱਲ 'ਚ ਫਰਕ ਹੈ, ਕਿਉਂਕਿ ਕਈ ਡੇਰੇ ਐਸੇ ਨੇ ਜਿਹਦਾ ਵਿਰੋਧ ਅਸੀਂ ਵੀ ਕਰਦੇ ਹਾਂ, ਜਿਹੜਾ ਸਾਈਂ ਜੀ ਦੀ ਨਕਲ ਕਰਕੇ ਉੱਥੇ ਨਸ਼ਾ ਪਰੋਸਦੇ ਪਏ ਨੇ, ਨਸ਼ੇ ਨੂੰ ਬੜਾਵਾ ਦੇ ਰਹੇ ਨੇ। ਲੇਕਿਨ ਜੇ ਤੂੰ ਗੱਲ ਕਰਨਾ ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਦੀ, ਨਕੋਦਰ ਦਰਬਾਰ ਦੀ, ਮੈਨੂੰ ਦੱਸੇ ਉੱਥੇ ਕਦੋਂ ਸਿਗਰਟ ਦੇਖੀ ਹੈ? ਪਹਿਲੀ ਗੱਲ ਤਾਂ ਉੱਥੇ ਗੱਦੀ 'ਤੇ ਕੋਈ ਨਹੀਂ ਹੈਗਾ, ਤੂੰ ਕਿਹਨੂੰ ਬਦਨਾਮ ਕਰ ਰਿਹਾ, ਤੂੰ ਕਿਹਦੇ ਬਾਰੇ ਟਿੱਪਣੀ ਕਰ ਰਿਹਾ? ਜੇ ਬਾਬਾ ਮੁਰਾਦ ਸ਼ਾਹ ਜੀ ਦੀ ਗੱਲ ਕਰੀਏ, ਬਹੁਤ ਪਹਿਲਾਂ
ਜੋਤੀ ਜੋਤ ਸਮਾ ਗਏ, ਸਾਈਂ ਜੀ ਨੂੰ ਵੀ ਅੱਜ 10 ਤੋਂ 12 ਸਾਲ ਹੋ ਚੱਲੇ ਗਏ ਇਹਨੂੰ, ਲਾਡੀ ਸ਼ਾਹ ਸਰਕਾਰ ਨੂੰ, ਤੂੰ ਕਿੰਨੇ ਦੇ ਉੱਤੇ ਟਿੱਪਣੀ ਕਰ ਰਿਹਾ? ਤੂੰ ਦਰਬਾਰੇ ਕੀ ਦੇਖਿਆ? ਇਨਸਾਨ ਤੇ ਫੱਕਰ ਦੇ ਇੱਕ ਸੰਤ ਦੇ ਚ ਫਰਕ ਹੁੰਦਾ ਸੀ, ਮੇਰੀ ਇੱਕ ਗੱਲ ਸਮਝ ਰਹੇ ਹੋ? IPS ਅਫਸਰ, IAS ਅਫਸਰ, ਜੱਜ ਹਾਈ ਕੋਰਟ ਤੱਕ ਦੇ, ਠੀਕ ਆ ਨਾ, ਜੱਜ ਵਕੀਲ, ਅਸੀਂ ਉੱਥੇ ਨੰਗੀ ਪੈਰੀ ਸੇਵਾ ਕਰਦੇ ਦੇਖਦੇ ਹਾਂ। ਜਦੋਂ ਮੇਲਾ ਹੁੰਦਾ, ਜਦੇ ਕਦੇ ਸਾਲ ਦੇ 2-3 ਮੇਲੇ ਲੱਗਦੇ ਹੈ, ਤੁਸੀਂ ਕਦੀ ਉੱਥੇ ਜਾਓ। ਇਹ ਕੈਮਰਾ ਲੈ ਕੇ ਮੈਂ ਤੁਹਾਡੇ ਓਨਰ ਸਾਹਿਬ ਨੂੰ ਵੀ ਅਪੀਲ ਕਰੂੰਗਾ, ਮੈਂ ਕਰੂੰਗਾ ਵੀ ਇਸ ਵਾਰ ਜਦੋਂ ਮੇਲਾ ਆਉਣਾ ਉੱਥੇ ਕੈਮਰਾਮੈਨ ਜ਼ਰੂਰ ਭੇਜਣਾ, ਉੱਥੇ ਦੇਖਣਾ ਵੀ ਤੁਸੀਂ ਗੱਲ ਉਹਦੀ। ਉਹਦਾ ਇੱਕ ਸਵਾਲ ਮੈਂ ਸੁਣਿਆ ਸੀ, ਜਸਵੀਰ ਜੱਸੀ ਦਾ, ਪ੍ਰਾਪਤੀ ਕੀ ਹੈ? ਉਹਨੂੰ ਪਤਾ ਵੀ ਸਾਈਂ ਜੀ ਨੇ ਕਿੰਨੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹੈ? ਨਹੀਂ ਪਤਾ। ਮੈਂ ਕਸਮ ਖਾ ਕੇ ਕਹਿ ਰਿਹਾ, ਮੈਨੂੰ ਜਸਵੀਰ ਜੱਸੀ ਦਾ ਹੀ ਨਹੀਂ ਪਤਾ। ਤੂੰ ਇੱਕ ਵਾਰੀ ਕਿਹਾ, ਮੈਨੂੰ ਹੁਣ ਯਾਦ ਆ ਰਿਹਾ, ਆਹ 5-7-10 ਦਿਨ ਪਹਿਲਾਂ ਮੈਂ ਇੰਟਰਵਿਊ ਕੀਤੀ ਉਹਦੇ 'ਤੇ, ਇੱਕ ਛੋਟੀ ਜੀ ਲੁਧਿਆਣਾ ਇੱਕ ਚੈਨਲ ਦੇ ਉੱਤੇ। ਮਤਲਬ ਇੱਕ ਸਿੰਗਰ ਜਿਹਨੂੰ ਕੋਈ ਬੁਲਾਉਂਦਾ ਨਹੀਂ, ਜਿਹਨੂੰ ਕੋਈ ਪੁੱਛ ਨਹੀਂ ਰਿਹਾ, ਉਹ ਕਰ ਰਿਹਾ ਮੈਂ ਗਾਊਂਗਾ ਨਹੀਂ ਜੀ, ਤੈਨੂੰ ਬਾਨੀ ਸਾਹਿਬ ਬੁਲਾਇਆ ਕਿੰਨੇ ਆ? ਤੂੰ ਤਾਂ ਕਿਹਾ ਕਿਹੜਾ ਨਹੀਂ ਜਾਂਦਾ? ਮੈਨੇ ਗੱਲ ਤਾਂ, ਗੁਰਦਾਸ ਮਾਨ ਜੀ ਤੋਂ ਵੱਡਾ ਸਿੰਗਰ ਤਾਂ ਨਹੀਂ ਹੈਗਾ ਉਹ। ਮੈਨੇ ਗੱਲ ਸਮਝਾਓ ਪਹਿਲਾਂ, ਗੁਰਦਾਸ ਮਾਨ ਜੀ ਜਿਹੜੀ ਪੰਜਾਬ ਦੀ, ਅੱਜ ਤੱਕ ਗੁਰਦਾਸ ਮਾਨ ਜੀ ਦਾ ਕੋਈ ਗਾਣਾ ਅਸੀਂ ਨਹੀਂ ਸੁਣਿਆ, ਨੰਗ ਧੜੰਗ ਵਾਲਾ, ਮੇਰੀ ਗੱਲ ਸਮਝ ਗਏ? ਆਹ ਤਾਂ ਮੈਂ ਕੀ ਕਹਾਂ, ਸਵਿਮ ਸੂਟ ਦੇ 'ਚ ਕੁੜੀਆਂ ਨੇ ਚਾ ਕੇ ਤੂੰ ਅੱਜ ਸਰਟੀਫਿਕੇਟ ਵੰਡਣ ਨਿਕਲਿਆ, ਤੂੰ ਤੇਰੀ ਕੀ ਔਕਾਤ ਹੈ ਯਾਰ? ਤੂੰ ਸਰਟੀਫਿਕੇਟ ਦੇਂਗਾ ਕਿਸੇ ਨੂੰ? ਮੈਨੂੰ ਇਹ ਗੱਲ ਸਮਝਾ, ਤੇਰੀ ਕੀ ਔਕਾਤ ਹੈ? ਤੂੰ ਕੰਪੈਰੀਜ਼ਨ ਕਿਹਦੇ ਨਾਲ ਕਰ ਰਿਹਾ? ਤੂੰ ਆਪਣਾ ਕੰਪੈਰੀਜ਼ਨ ਕਿ ਮੈਂ ਨਹੀਂ ਜਾਊਂਗਾ, ਤੇਰੇ ਪੱਲੇ ਕੀ ਹੈ? 50,000 ਸੱਟਾਂਗਾ ਤੇਰੇ ਵਰਗੇ, ਤੈਨੂੰ 2 ਘੰਟੇ ਨੇ ਚਵਾ ਲਾਂਗਾ, 50,000 ਨਹੀਂ, ਲੱਖ 'ਚ ਤੂੰ ਨੱਚ ਲਏਗਾ ਮੇਰੇ ਪ੍ਰੋਗਰਾਮ 'ਤੇ। ਮੈਂ ਅੱਜ ਪ੍ਰੋਗਰਾਮ ਕਰੂੰਗਾ ਆਪਣੇ ਮੁੰਡੇ ਦਾ ਵਿਆਹ, 2 ਲੱਖ ਨੱਚ ਲੂਗਾ, 2 ਨਹੀਂ ਸੱਟੂਗਾ, 3 ਸੱਟੂਗਾ ਤਾਂ ਵੀ ਨੱਚੂਗਾ। ਜੇ ਸਾਨੂੰ ਬੁਲਾਏ ਤਾਂ ਵੀ ਅਸੀਂ ਇਹੋ ਜਿਹੇ ਦਰਬਾਰ, ਭਾਜੀ ਬੁਲਾਏਗਾ ਕੌਣ ਇੱਦਾਂ ਦੀ ਖੋਤੀਆਂ ਨੂੰ? ਮੈਨੂੰ ਜਵਾਬ ਤਾਂ ਦਿਓ, ਬੁਲਾਇਆ ਤੁਹਾਨੂੰ? ਇਹੀ ਤਾਂ ਦੁੱਖ ਆ ਇਹਨੂੰ, ਇਹੀ ਤਾਂ ਤਕਲੀਫ ਹੈ ਵੀ ਇਹਨਾਂ ਨੂੰ ਬੁਲਾਉਂਦੇ ਨਹੀਂ। ਇੱਕ ਮੈਨੂੰ ਗੱਲ ਦਾ ਜਵਾਬ ਦਿਓ, ਜੇ ਬੁਲਾਇਆ ਜਾਊਗਾ ਤਾਂ ਫਿਰ ਇਹਨਾਂ ਨੇ ਫਿਰ ਕੋਈ ਬਹਾਨਾ ਹੋਰ ਵੀ ਮਾਰ ਲੈਣਾ। ਇੱਕ ਗੱਲ ਸਮਝੋ, ਜਿਹੜੇ ਬੰਦੇ ਉਹਦੇ ਸਵਾਲਾਂ ਦੇ 'ਚ 2 ਮਤਲਬ ਨਿਕਲਦੇ, ਇੱਕ ਉਹ ਡੇਰਾਵਾਦ ਦੀ ਗੱਲ ਕਰਦਾ, ਮੈਂ ਉਹਦੇ ਨਾਲ ਐਗਰੀ ਹੁੰਦਾ, ਕਿਉਂਕਿ ਕਈ ਡੇਰੇ ਐਸੇ ਬਣ ਚੁੱਕੇ ਨੇ ਜਿਹੜੇ ਜਾਣ ਬੁੱਝ ਕੇ ਨਸ਼ੇ ਨੂੰ ਪ੍ਰਮੋਟ ਕਰਦੇ ਆ। ਤੁਸੀਂ ਅਕਸਰ ਸਾਈਂ ਜੀ ਦੀ ਫੋਟੋ ਲੱਗੀ ਐਡੀ ਵੱਡੀ, ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਦਿਖਾਉਣ, ਠੀਕ ਹੈ? ਮੈਂ ਰੋਜ਼ ਲੁਧਿਆਣੇ ਤੋਂ 50 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੋਜ਼ ਮੇਰੀ ਅਲਫਾਜ਼ ਸੁਣ ਲੈਣਾ। ਮੈਂ ਨਕੋਦਰ ਮੱਥਾ ਟੇਕਣ ਜਾਂਦਾ, ਪਹਿਲਾਂ ਮੈਂ ਭੋਲੇਨਾਥ ਜੀ ਦੇ ਮੰਦਰ ਜਾਂਦਾ, ਉਸ ਤੋਂ ਬਾਅਦ ਮੈਂ ਨਕੋਦਰ ਮੱਥਾ ਟੇਕਦਾ, ਕਿਉਂਕਿ ਸਾਈਂ ਜੀ ਵੀ ਜਿਹੜੇ ਉਹ ਭੋਲੇਨਾਥ ਜੀ ਦੇ ਪੁਜਾਰੀ ਸੀ। ਗੱਲ ਨੂੰ ਸਮਝ ਗਏ? ਇਹ ਹਿੰਦੂ ਗੱਦੀ ਹੈ। ਡਿਬੇਟ ਕਰਨ ਦਾ ਮਤਲਬ ਕੀ ਹੁੰਦਾ ਵੀ ਜਾਂ ਤਾਂ ਕਿਸੇ ਨੂੰ ਸਮਝਾ ਦਿਓ ਜਾਂ ਸਮਝੋ, ਠੀਕ ਹੈ? ਜਿਹੜੇ ਹਿੰਦੂ ਆਪਾਂ ਸਨਾਤਨ ਸੰਸਕ੍ਰਿਤੀ ਦੀ ਵੀ ਗੱਲ ਕਰਦੇ ਹਾਂ, ਸਨਾਤਨ ਦੇ 'ਚ ਵੀ ਜਦੋਂ ਸਾਡੇ ਮਹਾਪੁਰਸ਼ ਚੋਲਾ ਛੱਡਦੇ ਨੇ ਤੇ ਉਹਨਾਂ ਨੂੰ ਅਗਨੀ ਭੇਟ ਨਹੀਂ ਕੀਤਾ ਜਾਂਦਾ ਜਦ ਤੱਕ ਉਹਨਾਂ ਨੇ ਨਾ ਕਿਹਾ ਹੈਗਾ ਵੀ, ਜਦ ਨਹੀਂ ਤਾਂ ਉਹ ਜਲ ਭੇਟ, ਜਲ ਸਮਾਧੀ ਲੈਂਦੇ ਆ ਜਾਂ ਫਿਰ ਉਹਨਾਂ ਦੀ ਸਮਾਧੀ ਬਣਦੀ ਹੈ। ਸਮਾਧੀ ਨੂੰ ਉਰਦੂ 'ਚ ਕੀ ਕਹਿੰਦੇ ਹੋ? ਕਬਰ। ਮਤਲਬ ਤੁਸੀਂ ਰੰਗ ਦੇ ਹਿਸਾਬ ਨਾਲ, ਭਾਸ਼ਾ ਦੇ ਹਿਸਾਬ ਨਾਲ ਬਦਲੋਗੇ ਚੀਜ਼ਾਂ ਨੂੰ? ਪਹਿਲਾਂ ਸਮਝੋ, ਇਹ ਗੱਦੀ ਕੌਣ ਸੀਗੇ? ਸਾਈਂ ਲਾਡੀ ਸ਼ਾਹ ਜੀ ਦਾ ਨਾਮ, ਮਤਲਬ ਇਹ, ਮਤਲਬ ਇਹਨਾਂ ਦਾ ਗੋਤਰ ਕੀ ਹੈ? ਇਹਨਾਂ ਦਾ ਗੋਤਰ ਹੈ ਭੱਲਾ, ਕਾਸਟ ਇਹਨਾਂ ਦੀ ਭੱਲਾ ਹੈ, ਠੀਕ ਆ? ਭੱਲੇ ਕੌਣ ਹੁੰਦੇ ਨੇ? ਖੱਤਰੀ ਹਿੰਦੂਆਂ 'ਚ ਹੁੰਦੇ ਨੇ। ਜਿਹੜੇ ਬਾਬਾ ਮੁਰਾਦ ਸ਼ਾਹ ਸੀ, ਉਹਨਾਂ ਦਾ ਨਾਮ ਸੀ ਵਿੱਦਿਆਸਾਗਰ ਜੀ, ਉਹ ਜੇਈ ਸੀਗੇ, ਠੀਕ ਹੈ ਜੀ? ਫਿਰ ਉਹ ਜੇਈ ਸੀਗੇ, ਉਹ ਇਹਨਾਂ ਦੇ ਚਾਚਾ ਜੀ ਸੀ, ਮਤਲਬ ਉਹ ਵੀ ਭੱਲੇ ਹੋਏ। ਇੱਕ ਗੱਦੀ ਹਿੰਦੂਆਂ ਦੀ ਹੋਈ ਕਿ ਮੁਸਲਮਾਨ ਦੀ ਹੋਈ? ਮੈਨੂੰ ਇਹ ਸਮਝਾਓ, ਦੱਸੋ ਮੈਨੂੰ। ਇੱਕ ਤਾਂ ਉਹਨੇ ਗੱਲ ਕੀਤੀ ਡੇਰੇਵਾਦ ਦੀ, ਅਸੀਂ ਉਹਦੇ ਨਾਲ ਆ, ਜਿਹੜੇ ਨਸ਼ਾ ਪਰੋਸਦੇ ਮਾਰੋ ਛਿੱਤਰ, ਅਸੀਂ ਕਹਿੰਦੇ ਅਸੀਂ ਨਾਲ ਚੱਲ ਕੇ ਮਾਰਦੇ। ਜੇ ਉਹ ਗੱਲ ਕਰਦਾ ਪਰਟੀਕੁਲਰ ਆ ਕੇ ਬਾਬਾ ਮੁਰਾਦ ਸ਼ਾਹ ਜੀ ਦੀ, ਸਾਈਂ ਲਾਡੀ ਸ਼ਾਹ ਜੀ ਦੀ, ਤਾਂ ਉਹਦੇ ਕੋਲ ਬੇਸ ਕੀ ਹੈ? ਸਾਈਂ ਜੀ ਸਿਗਰਟ ਪੀਂਦੇ ਸੀ। ਸਿਗਰਟ ਕਿਹੜੀ ਪੀਂਦੇ ਸੀ? ਕਵੰਡਰ ਦੀ ਖਾਲੀ ਸਿਗਰਟ ਹੁੰਦੀ ਸੀ, ਇਹ ਉਹਨਾਂ ਨੂੰ ਸੁਲਫਾ ਕਹਿੰਦੇ ਆ,
ਇਹਨੂੰ ਭਰੀ ਸਿਗੜ ਕਹਿੰਦੇ ਆ। ਮੈਨੂੰ ਦਰਬਾਰ ਜਾਂਦੇ ਅੱਜ 10 ਸਾਲ ਹੋ ਗਏ ਆ, ਮੈਂ ਤਾਂ ਉੱਥੇ ਸਿਗੜ ਦਾ ਟੋਟਾ ਵੀ ਨਹੀਂ ਦੇਖਿਆ ਕਦੀ। ਐਡਾ ਵੱਡਾ ਮੇਲਾ, ਘੱਟੋ ਘੱਟ 20-20 ਲੱਖ ਬੰਦਾ ਹੁੰਦਾ ਮੇਲੇ ਦੇ ਉੱਤੇ, ਕਦੀ ਕਿਸੇ ਨੂੰ ਅਲਾਊਡ ਨਹੀਂ ਹੈ ਕੋਈ ਸਿਗੜ ਦਾ ਟੋਟਾ ਵੀ ਉੱਥੇ ਬਾਲਣ ਦਾ। ਇਹ ਕਿੱਦਾਂ ਦੀ ਗੱਲਾਂ ਕਰ ਰਹੇ ਨੇ ਵੀ ਸਿਗੜ ਪ੍ਰਮੋਟ ਹੁੰਦੀ ਹੈ? ਮੈਂ ਤਾਂ ਫੋਟੋ ਲਾ ਕੇ ਸਾਈਂ ਜੀ ਦੀ ਰੋਜ਼ ਠੱਗੀਆਂ ਮਾਰਾਂ, ਰੋਜ਼ ਜੀ ਲੱਖਾਂ ਰੁਪਏ ਦੀਆਂ, ਸਾਈਂ ਜੀ ਡਾਕੂ ਹੋ ਗਏ ਕਿ ਮੈਂ ਡਾਕੂ ਹੋਇਆ? ਸਲਮਾਨ ਖਾਨ ਵਰਗਾ ਬੰਦਾ ਉੱਥੋਂ ਦੀ ਬੰਬੇ ਤੋਂ ਚੱਲ ਕੇ ਸਿਰ ਪੈਚਲੇ 'ਤੇ ਮੱਥਾ ਟੇਕਣ ਆਇਆ ਸੀ, ਅਤੇ ਕੁਛ ਤਾਂ ਹੁੰਦਾ ਹੋਊਗਾ। ਉਹ ਪੁੱਛਦਾ ਮਿਲਦਾ ਕੀ ਲੋਕਾਂ ਨੂੰ, ਕੀ ਮਿਲਦਾ ਵੀ ਤੂੰ ਗੁਰਦਾਸ ਮਾਨ ਨੂੰ ਕੀ ਮਿਲਿਆ? ਯਾਰ ਗੁਰਦਾਸ ਮਾਨ ਜੀ ਦੀ ਜੀਵਨੀ ਪਈ ਹੈ ਫੇਸਬੁੱਕ ਦੇ ਉੱਤੇ, ਗੂਗਲ 'ਤੇ ਸਰਚ ਮਾਰ, ਯੂਟਿਊਬ 'ਤੇ ਸਰਚ ਮਾਰ, ਜੀਵਨੀ ਪਈ ਹੈ। ਇਕੱਲੀ ਇਕੱਲੀ ਗੱਲ ਦੱਸੀ ਹੋਈ ਹੈ ਉਹਨਾਂ ਨੇ ਕਿ ਕੀ ਮਿਲਿਆ, ਕੀ ਪ੍ਰਾਪਤੀ ਹੋਈ, ਸਾਈਂ ਜੀ ਕੀ ਕਰਦੇ ਸੀ, ਕਿੰਨੇ ਲੋਕ। ਅੱਜ ਤਾਂ ਸਾਈਂ ਜੀ ਨਹੀਂ ਹੈਗੇ, ਚਲੋ ਪਹਿਲਾਂ ਇਹਦੀ ਗੱਲ ਮੰਨ ਲੈਣਾ, ਪਹਿਲਾਂ ਸਿਗਰਟ ਪੀਂਦੇ ਸੀ ਉਹ, ਅੱਜ ਕੀ ਹੈ? ਅੱਜ ਲੋਕ ਕਿਉਂ ਜਾਂਦੇ ਹੈ ਜੀ? ਅੱਜ ਤੋਂ ਤਾਂ ਕੋਈ ਪ੍ਰੈਕਟੀਕਲ ਫਿਜ਼ੀਕਲੀ ਬੋਡੀ ਦੇ ਲੈ ਕੇ ਕੋਈ ਨਹੀਂ ਬੈਠਾ, ਜਿਹੜਾ ਜਾ ਕੇ ਕਹੇ ਵੀ ਮੈਂ ਬਾਬਾ ਇਸ ਗੱਦੀ ਦਾ ਅਤੇ ਤੈਨੂੰ ਮੈਂ ਚਮਤਕਾਰ ਦਿਖਾਉਣਾ, ਅੱਜ ਤਾਂ ਕੋਈ ਨਹੀਂ ਹੈਗਾ। ਅੱਜ ਲੋਕ ਕਿਉਂ ਜਾਂਦੇ ਨੇ? ਅੱਜ ਦਾ ਜਵਾਬ ਦਿਓ ਮੈਨੂੰ, ਉਹ ਜੱਸੀ ਜਵਾਬ ਦੇਵੇ ਵੀ ਅੱਜ ਕਿਉਂ ਜਾਂਦੇ ਨੇ ਲੋਕ? ਕਿਉਂਕਿ ਯਾਰ ਇੱਕ ਉੱਥੇ ਤਪ ਹੋਇਆ ਹੈ, ਤਪ ਭੂਮੀ ਆ ਉਹ। ਤੁਸੀਂ ਅੰਦਰ ਵੜੋਗੇ ਨਾ, ਪਹਿਲੇ ਭੋਲੇਨਾਥ ਜੀ ਦੀ ਫੋਟੋ ਦਿਖਦੀ, ਤੁਸੀਂ ਗਏ ਹੋ ਕਿ ਨਹੀਂ ਗਏ ਮੈਨੂੰ ਨਹੀਂ ਪਤਾ, ਗਏ ਹੋ ਦੇਖਿਆ ਤੁਸੀਂ ਕਦੀ? ਅੰਦਰ ਵੜਦੇ ਸਰ ਖੱਬੇ ਹੱਥ ਭੋਲੇਨਾਥ ਜੀ ਦੀ ਫੋਟੋ ਹੈ, ਸਾਹਮਣੇ ਗੁਰੂ ਨਾਨਕ ਦੇਵ ਜੀ ਲੱਗੇ ਨੇ, ਠੀਕ ਹੈ ਨਾ। ਕਈ ਗੁਰਦੁਆਰਾ ਸਾਹਿਬ ਐਸੇ ਨੇ, ਕਈ ਅੰਮ੍ਰਿਤਧਾਰੀ ਸਿੱਖ ਮੈਂ ਭਰਾ ਦੇਖੇ ਨੇ ਆਪਣੇ, ਜਿਹੜੇ ਉੱਥੇ ਸੇਵਾ ਕਰਦੇ ਨੇ। ਕਿਉਂ ਕਰਦੇ ਨੇ ਯਾਰ? ਪਿੱਛੇ ਵੀ ਕੋਈ ਗੱਲ ਹੋਈ ਸੀ ਜਦੋਂ ਇਸ਼ੂ ਬਣਾ ਲਿਆ ਇਹਨਾਂ ਨੇ, ਉਹ ਪਰਮਜੀਤ ਸਿੰਘ ਅਕਾਲੀ ਵਰਗੇ ਨੇ, ਜਦੋਂ ਗੁਰਦਾਸ ਮਾਨ ਜੀ ਨੇ ਕਿਹਾ ਵੀ ਜਦੋਂ ਗੁਰੂ ਰਾਮਦਾਸ ਜੀ ਦੀ ਗੱਲ, ਰਾਮਦਾਸ ਜੀ ਦੀ ਗੱਲ ਕੀਤੀ ਸੀ ਵੀ ਉਹ ਵੀ ਭੱਲੇ, ਕੰਪੈਰੀਜ਼ਨ ਗੁਰੂਆਂ ਨਾਲ ਹੋ ਸਕਦਾ? ਮੈਂ ਕਹਿੰਦਾ ਸਾਈਂ ਜੀ ਦਾ ਵੀ ਨਹੀਂ ਹੈਗਾ, ਪਿੱਛੇ ਵੀ ਬੜਾ ਬਵਾਲ ਚੱਲਿਆ ਵੀ ਗੁਰੂ ਨਾਨਕ, ਕੋਈ ਕੰਪੈਰੀਜ਼ਨ ਨਹੀਂ ਹੈਗਾ, ਕੋਈ ਕੰਪੈਰੀਜ਼ਨ ਨਹੀਂ ਹੁੰਦਾ। ਉਹਨਾਂ ਨੇ ਗੱਲ ਕੀ ਕਹੀ ਸੀ? ਉਹਨਾਂ ਨੇ ਕਿਹਾ ਜੀ ਇਹ ਵੀ ਭੱਲਿਆਂ 'ਚੋਂ ਨੇ ਅਤੇ ਉਹ ਵੀ ਭੱਲਿਆਂ 'ਚੋਂ ਨੇ। ਬੇਸਿਕਲੀ ਸਿੱਖ ਧਰਮਾਂ 'ਚ ਅਲੱਗ ਗਿਣਿਆ ਜਾਂਦਾ, ਲੇਕਿਨ ਕਾਸਟਾਂ ਤਾਂ ਉਹੀ ਨੇ, ਕਾਸਟ ਉਹਨਾਂ 'ਚ ਵੀ ਰੋੜੇ ਨੇ, ਸਾਡੇ 'ਚ ਵੀ ਰੋੜੇ ਹੁੰਦੇ ਨੇ, ਰੋੜਿਆਂ 'ਚੋਂ ਰੋੜੇ ਨਿਕਲ ਗਏ, ਉਹ ਪਗੜੀਧਾਰੀ ਹੋ ਗਏ, ਅਸੀਂ ਬਿਨਾਂ ਤਾਂ ਪਗੜੀਧਾਰੀ ਰਹਿ ਗਏ, ਅਤੇ ਕੰਪੈਰੀਜ਼ਨ ਤਾਂ ਹੋ ਹੀ ਸਕਦਾ, ਪਰ ਅਸੀਂ ਗੁਰੂਆਂ ਨਾਲ ਕੰਪੈਰੀਜ਼ਨ ਕਰ ਨਹੀਂ ਸਕਦੇ। ਇਹ ਗੱਲ ਬੜੀ ਕਲੀਅਰ ਹੈ, ਅਸੀਂ ਉਦੋਂ ਵੀ ਕਹੀ ਸੀ, ਹੁਣ ਵੀ ਕਹਿੰਦੇ, ਲੇਕਿਨ ਉਹਦੀ ਆੜ ਦੇ ਵਿੱਚ ਜਿਹੜੇ ਪਰਮਜੀਤ ਸਿੰਘ ਅਕਾਲੀ ਵਰਗੇ ਜਾਂ ਆਹ ਲੰਡੂ ਜੇ ਮੈਨੂੰ ਬੋਲਣ ਲੱਗ ਪਏ, ਇਹਨਾਂ ਨੂੰ ਕੀ ਰਾਈਟ ਹੈ? ਗੱਲ ਅਸੀਂ ਕੀ ਕਹਿੰਦੇ ਹਾਂ, ਸਾਡਾ ਜਿਹੜਾ ਡੇਰਾ ਸਾਈਂ ਜੀ ਦਾ ਬਣਿਆ ਹੋਇਆ, ਜਿਹੜਾ ਡੇਰਾ ਦੀ ਮੈਨੇਜਮੈਂਟ ਹੈ ਨਾ, ਸ਼ਾਂਤ ਰਹਿ ਕੇ ਪਸੰਦ ਆ। ਉਦੋਂ ਪਰਮਜੀਤ ਅਕਾਲੀ ਵਰਗਿਆਂ ਦਾ ਵੀ ਉਹਨਾਂ ਨੇ ਵਿਰੋਧ ਨਹੀਂ ਕੀਤਾ, ਕਿਉਂਕਿ ਮਤਲਬ ਹੀ ਨਹੀਂ ਹੈ ਲੋਕਾਂ ਦੀ, ਇਹ ਜਿਹੜੇ ਲੋਕ ਭੌਂਕਦੇ ਆ ਨਾ, ਇਹਨਾਂ ਨੂੰ ਪਤਾ ਹੀ ਨਹੀਂ ਹੈ, ਠੀਕ ਹੈ ਨਾ। ਜਿਨ੍ਹਾਂ ਲੋਕਾਂ ਨੂੰ ਉੱਥੋਂ ਮਿਲਿਆ ਸਭ ਕੁਝ, ਜ਼ਿੰਦਗੀਆਂ ਮਿਲੀਆਂ, ਉਹ ਦਰਬਾਰ ਇਹਨਾਂ ਲੋਕਾਂ ਦੀ ਇਹ ਡਰਾਮੇਬਾਜ਼ੀਆਂ ਕਰਕੇ ਨਹੀਂ ਛੱਡ ਸਕਦੇ। ਗੱਲ ਮੇਰੀ ਸਮਝ ਗਏ? ਨਾ ਉਹਨੂੰ ਕੋਈ ਜ਼ੋਰ ਲਾ, ਮੈਂ ਤੁਹਾਡੇ ਮੈਸੇਜ ਕੈਮਰਾ ਰਾਹੀਂ ਵੀ ਉਹਨੂੰ ਕਹਿੰਦਾ ਵੀ ਐਵੇਂ ਜ਼ੋਰ ਲਾਈ ਜਾਂਦਾ, ਹੋਰ ਕਿਤੋਂ ਪਬਲਿਸਿਟੀ ਲੈ ਲੈ, ਹੋਰ ਕਿਸੇ ਧਰਮ ਬਾਰੇ ਬੋਲ ਲੈ, ਹੋਰ ਕਿਸੇ ਉਹਦੇ ਬਾਰੇ ਬੋਲ ਲੈ, ਇਹ ਸੂਫੀ ਗਿਣਿਆ ਜਾਂਦਾ। ਗੱਲ ਨੂੰ ਸਮਝੋ, ਇਹ ਕਿਸੇ ਇਹ ਕੋਈ ਧਰਮ ਹੀ ਹੈ ਨਹੀਂ, ਗੱਲ ਮੇਰੀ ਸਮਝ ਰਹੇ ਹੋ ਤੁਸੀਂ? ਇਹਨੂੰ ਸੂਫੀ ਲਾਈਨ ਹੈ, ਇਹਨੂੰ ਮੁਸਲਮਾਨ ਨਹੀਂ ਮੰਨਦੇ। ਜਿਹੜੇ ਲੋਕ, ਅੱਜ ਮੈਂ ਇੱਕ ਹੋਰ ਮੈਸੇਜ ਦੇ ਦਿੰਦਾ ਉਹਨਾਂ ਹਿੰਦੂਆਂ ਨੂੰ ਵੀ, ਜਿਹੜੇ ਕਹਿੰਦੇ ਆ ਵੀ, ਜਿਹੜੇ ਕਈ ਮੈਨੂੰ ਸਰਟੀਫਿਕੇਟ ਦਿੰਦੇ ਵੀ ਤੂੰ ਮੰਨਦਾ ਸਾਈਂ ਜੀ ਨੂੰ, ਆ ਬੰਦਾ ਹਿੰਦੂ ਲੀਡਰ ਹੈ, ਮੁਸਲਮਾਨ ਕਦੀ ਸੂਫੀ ਨੂੰ ਨਹੀਂ ਮੰਨਦਾ। ਇਹ ਗੱਲ ਸਮਝ ਲਓ ਪਹਿਲਾਂ, ਗੱਲ ਮੇਰੀ ਸਮਝ ਗਏ? ਸੂਫੀ ਇੱਕ ਪਾਠ ਹੀ ਹੈ ਸਨਾਤਨ ਦਾ, ਲੇਕਿਨ ਉਹ ਸ਼ਬਦ ਜਿਹੜੇ ਆ ਨਾ, ਜਿਵੇਂ ਸਮਾਧ ਨੂੰ ਕਬਰ ਕਹਿ ਦਿੱਤਾ ਗਿਆ, ਅਤੇ ਆਪਣਾ ਰੰਗ ਹਰਾ ਯੂਜ਼ ਹੋ ਗਿਆ ਅਤੇ ਸੰਤਰੀ ਨਹੀਂ ਯੂਜ਼ ਹੋਇਆ, ਉਹ ਰੰਗ ਦੇ ਹਿਸਾਬ ਨਾਲ। ਹੁਣ ਮੇਰੇ ਦਾਦਾ ਜੀ ਉਰਦੂ ਹੀ ਲਿਖਦੇ ਸੀ, ਉਰਦੂ ਹੀ ਪੜ੍ਹਦੇ ਸੀ, ਮਤਲਬ ਕੀ ਮੁਸਲਮਾਨ ਹੋ ਗਏ? ਇਹ ਕੋਈ ਲੌਜਿਕ ਥੋੜ੍ਹੀ ਹੈ, ਗੱਲ ਤਰੀਕੇ ਨਾਲ ਕਰੋ। ਜਿਹੜੇ ਸਰਟੀਫਿਕੇਟ ਵੰਡਣ ਨਿਕਲਦੇ ਹੋ, ਪਹਿਲਾਂ ਆਪਣੀ ਪੜ੍ਹਾਈ ਦਾ ਕਰ ਲਓ ਯਾਰ, ਤੁਹਾਡੇ ਕੋਲ ਪੜ੍ਹਾਈ ਕੀ ਹੈ, ਤੁਹਾਡੇ ਕੋਲ ਨੌਲੇਜ ਕੀ ਹੈ, ਤੁਹਾਡੇ ਪੱਲੇ ਕੀ ਹੈ। ਜਿੱਥੇ ਸਥਾਨ ਬਣਿਆ ਬਾਬਾ ਮੁਰਾਦ ਸ਼ਾਹ ਜੀ ਦਾ, ਉਹਦੇ ਪਹਿਲੇ ਭੋਲੇਨਾਥ ਜੀ ਦੀ ਮੂਰਤੀ ਪਈ ਹੈ, ਉਹਦੇ ਪਹਿਲੇ ਭਗਵਾਨ ਗਣੇਸ਼ ਜੀ ਦੀ ਮੂਰਤੀ ਪਈ ਹੈ। ਜਿੱਥੇ ਸਥਾਨ ਬਣਿਆ ਬਾਈ ਸਾਈਂ ਲਾਡੀ ਸ਼ਾਹ ਜੀ ਦਾ, ਉੱਥੇ ਪਹਿਲੇ ਸਾਰਾ ਸ਼ੰਕਰ ਜੀ ਦਾ ਪਰਿਵਾਰ ਪਿਆ।
ਪਹਿਲਾਂ ਉਹਨਾਂ ਨੂੰ ਨਤਮਸਤਕ ਹੁੰਦੇ ਆ, ਫਿਰ ਅੱਗੇ ਨਤਮਸਤਕ ਉਹਨਾਂ ਨੂੰ ਹੁੰਦੇ ਆ। ਦੇਖਿਆ ਜਾਂਦਾ ਹੈ ਕਿ ਜਿੱਥੇ ਇਹਨਾਂ ਦੇ ਫੰਕਸ਼ਨ ਚੱਲਦੇ ਨੇ ਜਾਂ ਫਿਰ ਕਵਾਲੀਆਂ ਹੁੰਦੀਆਂ ਨੇ ਉੱਥੇ, ਮੈਂ ਦੱਸਦਾ ਉੱਥੇ ਕੀ ਹੁੰਦਾ, ਉੱਥੇ ਹਰ ਇੱਕ ਕਲਾਕਾਰ ਪਹੁੰਚਦਾ ਹੈ। ਉੱਥੇ ਸਟੇਜਾਂ ਦੇ ਤੁਸੀਂ ਅੱਗੇ ਪਿੱਛੇ ਦੀ ਗੱਲ ਕਰਿਓ ਤਾਂ ਸਿਗਟਾਂ ਚੱਲਦੀਆਂ ਹੁੰਦੀਆਂ ਨੇ, ਸਿਗਟਾਂ ਚੱਲਦੀਆਂ ਹੁੰਦੀਆਂ ਤੇ ਪਿੱਛੇ ਨਸ਼ੇ ਦੇ ਹਾਲ ਦੇਖਿਆ ਜਾਵੇ ਤਾਂ ਜ਼ਿਆਦਾਤਰ ਨਸ਼ੇ ਦੇ ਵਿੱਚ ਕਲਾਕਾਰ ਵੀ ਹੁੰਦੇ ਨੇ। ਹੁਣ ਮੈਂ 26 ਸਤੰਬਰ ਨੂੰ ਪ੍ਰੋਗਰਾਮ ਕਰਾਉਂਦਾ ਸਾਈਂ ਜੀ ਦਾ, ਕਿੰਗ ਪੈਲਸ ਵਿੱਚ ਬਹੁਤ ਵੱਡਾ ਜਨਮ ਦਿਨ ਮਨਾਉਂਦੇ ਆ ਸਾਡੇ ਉੱਥੇ। ਦੱਸੋ ਕਿਹੜਾ ਨਸ਼ਾ ਆਉਂਦਾ ਬਾਬੇ, ਅਸੀਂ ਕੋਈ ਨਹੀਂ ਬੁਲਾਉਂਦੇ, ਅਸੀਂ ਇਹਨੂੰ ਹੀ ਬਾਬਾ ਮੰਨਦੇ ਹਾਂ, ਨਾ ਅਸੀਂ ਕੋਈ ਬਾਬੇ ਬੁਲਾਉਂਦੇ ਹਾਂ। ਸਾਡੇ ਉੱਥੇ ਦੱਸੋ ਕੋਈ ਆ ਸਾਡਾ ਬੰਦਾ ਵੀ, ਸਾਡਾ ਮੁੰਡਾ ਵੀ ਕੋਈ ਸਿਗਰਟ ਪੀਂਦਾ ਵੀ ਹੋਊਗਾ, ਉੱਥੇ ਕਿਹੜਾ ਕਿਹਨੂੰ ਸਿਗਰਟ ਅਲਾਊਡ ਹੁੰਦੀ ਹੈ ਯਾਰ? ਜਿਹੜੇ ਦੇਖੋ ਜਿਹੜੇ ਗਲਤ ਨੇ ਉਹਨਾਂ ਨੂੰ ਗਲਤ ਕਹੋ ਨਾ। ਮੇਰਾ ਸਵਾਲ ਤਾਂ ਜੱਸੀ ਨੂੰ ਵੀ ਇਹੀ ਹੈ, ਤੁਹਾਨੂੰ ਵੀ ਇਹੀ ਹੈ, ਜਿਹੜੇ ਬਾਬੇ ਗਲਤ ਨੇ, ਜਿੱਥੇ ਸਿਗਰਟ ਚੱਲਦੀ ਹੈ, ਜਿਹੜਾ ਨਸ਼ਾ ਪਰੋਸਦੇ ਪਏ ਆ, ਨਸ਼ੇ ਨੂੰ ਵਧਾਵਾ ਦੇ ਰਹੇ, ਉਹਨਾਂ ਨੂੰ ਟੋਕੋ, ਅਸੀਂ ਨਾਲ ਖੜਦੇ ਹਾਂ। ਲੇਕਿਨ ਸਾਈਂ ਜੀ ਦੇ ਡੇਰੇ ਨੂੰ ਬਦਨਾਮ ਕਰੋਗੇ, ਫਿਰ ਅਸੀਂ ਜ਼ੋਰ ਪੁਰਜ਼ੋਰ ਵਿਰੋਧ ਪਹਿਲਾਂ ਵੀ ਕੀਤਾ ਸੀ, ਅਕਾਲੀ ਦਾ ਹੁਣ ਵੀ ਕਰਾਂਗੇ। ਫਿਰ ਜੱਸੀ ਹੋਵੇ ਫੱਸੀ ਹੋਵੇ ਸਾਨੂੰ ਕੋਈ ਫਰਕ ਨਹੀਂ ਹੈਗਾ, ਜਿਹੜਾ ਮਰਜ਼ੀ ਹੋਵੇ। ਤੂੰ ਪ੍ਰੂਫ ਦੇ ਨਾਲ ਵਿਦ ਐਵੀਡੈਂਸ ਗੱਲ ਕਰ, ਵਿਦ ਐਵੀਡੈਂਸ ਤੈਨੂੰ ਮੰਨਾ ਵੀ ਤੇਰੇ 'ਚ ਹੈਗਾ ਜ਼ੋਰ, ਨਹੀਂ ਤਾਂ ਤੂੰ ਵੀ ਇੱਥੇ ਆ, ਤੂੰ ਸਾਈਂ ਜੀ ਲਈ ਬੋਲ ਰਹੇ ਆ। ਮੈਂ ਕਹਿੰਦਾ ਅੱਜ ਮੈਂ ਤੁਹਾਨੂੰ ਔਨ ਕੈਮਰੇ ਕਰ ਦਿੰਦਾ, ਗੱਲ ਮੇਰੀ ਅਟਪਟੀ ਲੱਗਣੀ, ਤੈਨੂੰ ਮਹੀਨੇ 'ਚ ਪਤਾ ਲੱਗ ਜੂਗਾ, ਆਪ ਹੀ ਬੋਲਣ ਉਹ ਮਜਬੂਰ ਹੋ ਜਾਏਗਾ ਵੀ ਨਹੀਂ ਯਾਰ ਮੈਂ ਗਲਤ ਕਹਿਤਾ ਸੀ। ਅਕਾਲੀ ਵੀ ਕਹਿੰਦਾ ਸੀ ਬਾਅਦ 'ਚੋਂ, ਕਿੱਥੇ ਗਿਆ ਸੀ ਵਿਰੋਧ? ਜਦੋਂ 4 ਮਹੀਨੇ ਬੈਠ ਤੋਂ ਕਈ ਜਗ੍ਹਾ ਇਹ ਵੀ ਗੱਲਾਂ ਉੱਠ ਰਹੀਆਂ ਕਿ ਹੁਣ ਉਹਨਾਂ ਨੇ ਚੋਣਾਂ ਲੜਨੀਆਂ ਨੇ ਤਾਂ ਕਰਕੇ ਆ ਜਿਹੜਾ ਮੁੱਦਾ ਚੱਕ ਲਿਆ ਭਾਜੀ। ਉਹ ਮੈਂ ਕਹਿੰਦਾ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਵੇ, ਮੈਂ ਕੀ ਲੈਣਾ? ਮੈਂ ਕਹਿੰਦਾ ਹੂ ਇਜ਼ ਜੱਸੀ, ਉਹਨੇ ਚੋਣਾਂ ਲੜਨੀਆਂ, ਨਹੀਂ ਲੜਨੀਆਂ, ਕਰਨਾ ਕੁਛ ਨਹੀਂ ਕਰਨਾ, ਜੋ ਮਰਜ਼ੀ ਦੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ। ਅੱਜ ਮੁੱਖ ਮੰਤਰੀ ਸਾਹਿਬ ਗਏ ਸੀ ਚੋਣਾਂ ਜਿੱਤਣ ਤੋਂ ਪਹਿਲਾਂ ਕਿ ਬਾਅਦ 'ਚੋਂ, ਮੈਨੂੰ ਨਹੀਂ ਪਤਾ, ਸ਼ਾਇਦ ਬਾਅਦ 'ਚੋਂ ਗਏ ਸੀ। ਕਿਉਂ ਗਏ ਸੀ ਜੀ? ਕੋਈ ਤਾਂ ਅਹਿਮੀਅਤ ਹੋਊਗੀ, ਇੱਦਾਂ ਹੀ ਤੁਸੀਂ ਨਤਮਸਤਕ ਹੈ। ਸੜਕ ਸੜਕ 'ਤੇ ਮੂਰਤੀਆਂ ਲੱਗੀਆਂ ਹੁੰਦੀਆਂ, ਸੜਕ ਸੜਕ 'ਤੇ ਜਗ੍ਹਾ ਬਣੀਆਂ ਹੋਈਆਂ, ਤੁਸੀਂ ਨਹੀਂ ਜਾਂਦੇ, ਮੈਂ ਨਹੀਂ ਜਾਂਦਾ। ਇੱਕ ਜਗ੍ਹਾ 'ਤੇ ਆਪਾਂ ਜਾ ਰਹੇ ਹਾਂ, ਇੱਕ ਭੋਲੇਨਾਥ ਦੇ ਅੱਗੇ ਆਪਾਂ ਨਤਮਸਤਕ ਹੁੰਦੇ ਹਾਂ ਸਾਈਂ ਜੀ, ਉੱਥੇ ਭੋਲੇਨਾਥ ਜੀ ਵੀ ਨੇ, ਵਾਹਿਗੁਰੂ ਮਤਲਬ ਗੁਰੂ ਨਾਨਕ ਦੇਵ ਜੀ ਵੀ ਨੇ, ਮਹਾਮਾਈ ਦੀ ਵੀ ਫੋਟੋ ਲੱਗੀ ਹੋਈ ਹੈ ਬੜੀ ਵੱਡੀ ਸਾਰੀ, ਅਤੇ ਮਾਂ ਚਿੰਤਪੁਰਨੀ ਦੀ ਵੀ ਫੋਟੋ ਲੱਗੀ ਹੈ। ਤੁਹਾਨੂੰ ਪਤਾ ਸਾਈਂ ਜੀ ਜਿੰਨਾ ਕਿੰਨਾ ਚਿੰਤਪੁਰਨੀ ਭੇਜਦੇ ਸੀ ਲੋਕਾਂ ਨੂੰ, ਜਿਹੜੇ ਲੋਕ ਪ੍ਰੈਕਟੀਕਲ, ਮੈਂ ਅੱਜ ਤੱਕ ਸਾਈਂ ਜੀ ਨੂੰ ਨਹੀਂ ਮਿਲਿਆ, ਮੈਂ ਤਾਂ ਵੀ ਉੱਥੇ ਜਾਣਾ, ਮੈਂ ਸਾਈਂ ਜੀ ਦੇ ਜਾਣ ਤੋਂ ਬਾਅਦ ਡੇਰੇ ਨਾਲ ਡੇਰਾ ਜਾਣਾ ਸ਼ੁਰੂ ਹੋਇਆ, ਠੀਕ ਹੈ? ਅਤੇ ਕੋਈ ਤਾਂ ਮੈਨੂੰ ਕੁਛ ਤਾਂ ਮੈਨੂੰ ਪ੍ਰਾਪਤੀ ਹੋਈ ਹੋਊਗੀ ਕਿ ਮੈਂ ਵੀ ਮੈਂ ਪੜ੍ਹੇ ਅਨਪੜ੍ਹ ਹਾਂ, ਮੈਂ ਮੂੰਹ ਚੱਕ ਕੇ ਹੁਣ ਤਾਂ ਸਾਈਂ ਜੀ ਵੀ ਹੈ ਨਹੀਂ, ਅੱਗੇ ਤਾਂ ਹੁਣ ਸਾਈਂ ਜੀ ਬੈਠੇ ਆ ਤਾਂ ਮੈਂ ਜਾਣ ਜਾਂਦਾ, ਸਾਈਂ ਜੀ ਦੇ ਜਾਣ ਤੋਂ ਬਾਅਦ ਸ਼ੁਰੂ ਹੋਇਆ। ਅਤੇ ਜਿਹੜੇ ਲੋਕ ਉੱਥੇ ਜਾਂਦੇ ਨੇ ਨਾ, ਉਹਨਾਂ ਨੂੰ ਪੁੱਛੋ ਵੀ ਸਾਈਂ ਜੀ ਕੀ ਸੀ, ਠੀਕ ਹੈ ਨਾ? ਉਹ ਸਾਈਂ ਜੀ ਆਪ ਥੱਪੜ ਮਾਰ ਮਾਰ ਕੇ ਚਿੰਤਪੁਰਨੀ ਭੇਜ ਦਿੰਦੇ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਜਾਇਆ ਕਰੋ, ਮੇਰੇ ਕੋਲ ਕੀ ਕਰਨ ਆਉਂਦੇ ਹੋ? ਕਈ ਵਾਰੀ ਤਾਂ ਗਾਲਾਂ ਵੀ ਕੱਢ ਦਿੰਦੇ ਸੀ ਸਟੇਜ 'ਤੇ, ਕੱਢਦੇ ਸੀ। ਮੈਂ ਕਹਿੰਦਾ ਸੀ ਸ਼ਾਇਦ ਉਹ ਜਨਮ ਦੁਬਾਰਾ ਲਵਾਂਗੇ, ਕਦੀ ਕਦੀ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਗਾਲਾਂ ਖਾਣ ਅਸੀਂ ਕਹਿੰਦੇ ਹਾਂ ਵੀ ਅੱਜ ਵੀ ਆ ਕੇ ਕੱਢ ਦੇਣ। ਦੇਖੋ ਆਪਣੀ ਆਪਣੀ ਲੱਗੀ ਦੀ ਗੱਲ ਹੈ, ਮੈਂ ਫਿਰ ਤੁਹਾਨੂੰ ਕਹਿੰਦਾ ਪਿਆ ਤੁਸੀਂ ਪ੍ਰੈਕਟੀਕਲ ਐਥਿਕਸ ਦੇ ਨਾਲ ਗੱਲ ਕਰੋ, ਤੁਸੀਂ ਲੌਜਿਕ ਨਾਲ ਗੱਲ ਕਰੋ, ਸਮਝ ਆਉਂਦੀ? ਜਿਹੜੇ ਜਿਨ੍ਹਾਂ ਦਾ ਵਿਰੋਧ ਕਰਨਾ ਕਰੇ, ਸਾਨੂੰ ਨਹੀਂ ਜੱਸੀ ਨਾ ਮਤਲਬ, ਠੀਕ ਹੈ ਨਾ? ਕੌਣ ਹੈ ਜੱਸੀ, ਕੀ ਹੈ, ਜੋ ਮਰਜ਼ੀ ਕਰੋ ਨੇ, ਤੁਸੀਂ ਕਿਹਾ ਇਲੈਕਸ਼ਨ ਲੜਨੇ, ਲੜੇ ਯਾਰ, ਅਸੀਂ ਕੀ ਲੈਣਾ ਦੇਣਾ? ਉਹੀ ਪੁਰਾਣੀ ਘਨੱਈਆ ਮਿੱਤਲ ਵਾਲੀ ਗੱਲ ਆ ਗਈ ਵੀ ਤੁਹਾਡੇ ਜਜ਼ਬਾਤਾਂ ਲਈ, ਤੁਹਾਡੀ ਰਾਜਨੀਤਿਕ ਮੰਸ਼ਾ ਲਈ ਤੁਸੀਂ ਕਿਸੇ ਨੂੰ ਵੀ ਮੈਨੂਪਲੇਟ ਕਰੋ, ਇਹ ਨਹੀਂ ਗੱਲ ਹੁੰਦੀ। ਪ੍ਰੈਕਟੀਕਲ ਗੱਲ ਕਰ ਵੀ ਪ੍ਰੈਕਟੀਕਲ ਕੋਈ ਕਿਹਦੇ ਨਾਲ ਕਿਸੇ ਨਾਲ ਗਲਤ ਹੋਇਆ? ਪ੍ਰੈਕਟੀਕਲ ਅੱਜ ਉੱਥੇ ਕੋਈ ਲੁੱਟਮਾਰ ਹੋ ਰਹੀ ਹੈ, ਤੁਸੀਂ ਦੱਸੋ ਨਾ ਮੈਨੂੰ। ਇੱਕ ਬੇਸਨ ਦੀ ਬਰਫੀ ਦਾ ਡੱਬਾ ਕਿੰਨੇ ਦਾ ਹੁੰਦਾ ਕਿਲੋ ਦਾ? 250 ਰੁਪਏ ਦਾ ਡੱਬਾ ਹੈ। ਉੱਥੇ ਸੰਗਤ ਦਾ ਇੰਨਾ ਖਿਆਲ ਰੱਖਿਆ ਜਾਂਦਾ ਵੀ ਰੋਜ਼ ਜਿਹੜੀ ਹਰ ਸੰਗਤ ਨੇ ਪ੍ਰਸ਼ਾਦ ਚੜਾਉਣਾ, ਇੱਕੋ ਹੀ ਬੰਦੇ ਦਾ ਪ੍ਰਸ਼ਾਦ ਆਉਂਦਾ, ਸੁਧੀਰ ਵਾਲੇ ਨੇ ਜਿਹੜੇ ਜਲੰਧਰ ਦੇ ਨੇ, ਆਈ ਥਿੰਕ ਦੇਸੀ ਘਿਓ ਦੀ ਬੇਸਨ ਦੀ ਬਰਫੀ, 50 ਰੁਪਏ ਦਾ ਅੱਧਾ ਕਿਲੋ ਡੱਬਾ, 100 ਰੁਪਏ ਦਾ ਵੱਡਾ ਡੱਬਾ ਮਿਲਦਾ। ਕਿਆ ਸੰਗਤ ਦਾ ਖਿਆਲ ਨਹੀਂ ਰੱਖਿਆ ਜਾਂਦਾ ਉੱਥੇ? ਉੱਥੇ ਨਾ ਮਿੱਟੀ 'ਚ
ਘੁੱਲ ਰਹੀ ਹੋ ਜ਼ਮੀਨ 'ਤੇ, ਤੁਹਾਡੀ ਮਿੱਟੀ 'ਤੇ ਕੰਨ ਨਹੀਂ ਲੱਗਣਾ, ਇੱਕ ਇੰਨਾ ਵੀ ਕੰਨ, ਗੱਲ ਮੇਰੀ ਸਮਝ ਗਏ? ਲੋਕ ਜਿਹੜੇ ਜਾਂਦੇ ਪਏ ਨੇ ਜਿਨ੍ਹਾਂ ਦੀ ਇੰਨੀ, ਲੋਕ ਕਿੱਥੇ ਹਰਿਆਣਾ, ਕਿੱਥੇ ਰਾਜਸਥਾਨ, ਕਦੀ ਜਾਓ ਤਾਂ ਸਹੀ। ਆਹ ਹੁਣ ਤੁਸੀਂ ਵੀਰਵਾਰ ਚਲ ਜਾਓ ਕਿਸ ਦਿਨ ਉੱਤੇ, ਮੈਂ ਕਹਿੰਦਾ ਕਵਰਿੰਗ ਕਰਨ, ਵੀਰਵਾਰ ਨੂੰ ਤਾਂ ਮੈਂ ਕਹਿ ਰਿਹਾ ਕਿਉਂਕਿ ਵੀਰਵਾਰ ਦਾ ਦਿਨ ਜ਼ਿਆਦਾ ਮੰਨਿਆ ਜਾਂਦਾ ਹੈ ਨਾ, ਮੇਰੇ ਵਰਗਾ ਤਾਂ ਕਮਲਾ ਰੋਜ਼ ਜਾਂਦਾ। ਤੁਸੀਂ ਵੀਰਵਾਰ ਚਲ ਜਾਓ, ਵੀਰਵਾਰ ਜਾ ਕੇ ਦੇਖੋ, ਉੱਥੇ ਗੱਡੀਆਂ ਦੇਖੋ ਵੀ ਹਰਿਆਣੇ ਤੋਂ, ਰਾਜਸਥਾਨ ਤੋਂ, ਦਿੱਲੀ ਤੋਂ, ਅੱਗੇ ਪੰਜਾਬ, ਪੰਜਾਬ ਦੇ ਵਿੱਚ ਨਕੋਦਰ, ਨਕੋਦਰ ਦੇ ਵਿੱਚ, ਪੰਜਾਬ ਦੇ ਸਰਾਊਂਡਿੰਗ, ਪੰਜਾਬ ਦੇ ਵਿੱਚ ਹੀ ਮਹਿਫਲਾਂ ਹੁੰਦੀਆਂ ਸਾਈਂ ਜੀ ਦੀਆਂ। ਅੱਜ ਦਿੱਲੀ, ਹਰਿਆਣਾ, ਰਾਜਸਥਾਨ ਤੱਕ, ਬਾਹਰ ਫੋਰਨ ਤੱਕ ਮਹਿਫਲਾਂ ਹੋ ਰਹੀਆਂ, ਕਿਉਂ ਹੋ ਰਹੀਆਂ? ਗੱਲ ਦਾ ਜਵਾਬ ਦਿਓ, ਕੋਈ ਤਾਂ ਕਾਰਨ ਹੋਊਗਾ ਯਾਰ। ਇਹ ਕਾਰਨ ਪੁੱਛਦਾ ਪਿਆ, ਇਹ ਤਾਂ ਬੇਵਕੂਫ ਹੈ ਜਿਹੜਾ ਕਾਰਨ ਪੁੱਛ ਰਿਹਾ। ਸੈਨ ਜੀ, ਲਾਸਟ ਕੁਸ਼ਚਨ ਹੈਗਾ, ਕੀ ਕਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦਾ ਨਾਮ ਲੈ ਕੇ ਸਿਗਰਟਾਂ ਫੂਕ ਰਹੇ ਨੇ, ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਦੇ ਨੇ? ਕਿਉਂਕਿ ਮਾਰਾਂਗੇ ਜੀ, ਜੁੱਤੀਆਂ ਮਾਰੋ, ਜੁੱਤੀਆਂ ਮਾਰਾਂਗੇ ਵੀ ਨਾਲ ਖੜ ਕੇ, ਜਿਹੜਾ ਸਾਈਂ ਜੀ ਦਾ ਨਾਮ ਲੈ ਕੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ। ਨਾ ਸਾਈਂ ਜੀ ਨੇ ਕਦੀ ਨਸ਼ਾ ਪ੍ਰਮੋਟ ਕੀਤਾ, ਤੁਹਾਨੂੰ ਵੀਡੀਓ ਭੇਜੂੰਗਾ ਤੁਹਾਡੇ ਪੱਤਰਕਾਰ ਸਾਹਿਬ ਮੋਬਾਈਲ ਦੇ ਉੱਤੇ, ਜਿਹਦੇ ਸਾਈਂ ਜੀ ਕਹਿ ਰਹੇ ਆ ਵੀ ਜਿਹੜਾ ਜਿਹੜਾ ਨਸ਼ੇ ਵਾਲੇ ਇਹਨਾਂ ਨੂੰ ਚੱਕ ਚੱਕ ਕੇ ਬਾਹਰ ਸੱਟੋ ਸਟੇਜ ਦੇ, ਹੁਣ ਮਾਈਕ ਕਹਿ ਰਹੇ ਨੇ, ਗਾਲ ਕੱਢ ਕੇ ਵੀ ਇਹ ਕਿਤੋਂ ਨਾ ਕਿਤੋਂ ਕਿਤੋਂ ਨਸ਼ੇ ਵਾਲੇ ਸਮੈਕੀ ਭਰ ਕੇ ਆ ਜਾਂਦੇ ਆ। ਇਹ ਗੱਲਾਂ ਔਨ ਰਿਕਾਰਡ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਨੇ, ਇਹ ਦਿਖਾਓ ਨਾ ਲੋਕਾਂ ਨੂੰ। ਜੱਸੀ ਕੌਣ ਹੈ? ਬੜਾ ਵਜਨਦਾਰ ਬੰਦਾ ਜੱਸੀ ਕੌਣ ਹੈ? ਜੱਸੀ ਦੱਸੋ, ਅੱਜ ਉਹ ਬੋਲਦਾ ਪਿਆ, ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀ ਆ ਪਿੱਛੇ, ਜਦੋਂ ਇੰਟਰਵਿਊ ਕਰਨੀ ਸੀ, ਮੈਂ ਉਸ ਤੋਂ ਪਹਿਲਾਂ ਸੁਣੀ ਉਹਦਾ KPS ਗਿੱਲ ਬਾਰੇ। KPS ਗਿੱਲ ਸਾਨੂੰ ਦੋ ਦੋ ਘੰਟੇ 'ਚ ਸਾਡੇ ਕੋਲ ਗਵਾਉਂਦਾ ਸੀ ਡਾਂਸ ਕਰਾਉਣਾ, ਜਦੋਂ ਜਿੰਦਾ ਸੀ ਉਦੋਂ ਨਹੀਂ ਬੋਲਿਆ, ਉਦੋਂ ਤੇਰੇ ਪੈਰ ਨਹੀਂ ਚੱਲਦੇ ਸੀ, ਹੁਣ ਤੈਨੂੰ ਦੇਖ ਕੇ KPS ਗਿੱਲ ਤੇਰੇ ਕੋਲ ਗਵਾਉਂਦਾ ਸੀ ਅਤੇ ਕਰਦਾ ਸੀ। ਇਹ ਐਵੇਂ ਖੋਤੀਆਂ ਨੇ ਅੱਜ ਆਪਣੀ, ਅੱਜ ਜਦੋਂ ਪਤਾ ਮਰ ਮੌਜੂਦ ਹੈ ਨਹੀਂ, ਕੋਈ ਪੁੱਛਣ ਵਾਲਾ ਹੈ ਨਹੀਂ, ਹੁਣ ਕਹਾਂ ਜਾ ਚੱਲ ਜਾ ਕਨੇਡਾ ਕਨੂੰਡਾ ਵਰਗੇ ਦੇ ਜੇ ਬਹਿ ਕੇ, ਉਹਦੇ ਤੈਨੂੰ ਫੁੱਦੂ ਟੱਕਰ ਜਾਣਗੇ, ਤੈਨੂੰ ਪੌਂਡ ਪੌਂਡ ਲੁਟਾ ਦੇਣਗੇ, ਤੇਰੇ 'ਤੇ ਡੋਲਰ ਡੋਲਰ 100-100 ਵਾਲੇ, 200-200 ਵਾਲੇ ਇਕੱਠੇ ਕਰਕੇ ਲੈ ਜਾਂਦੇ, ਬਸ ਇਹ ਇਹਨਾਂ ਦਾ ਕੰਮ ਹੈ, ਜਾਂ ਕਬੂਤਰਬਾਜ਼ੀਆਂ ਕਰਦੇ ਹੋਣਗੇ, ਹੋਰ ਕੀ ਕਰਨਾ ਇਹਨਾਂ ਨੇ, ਇਹਨਾਂ ਦਾ ਇਹੀ ਕੰਮ ਹੈ, ਉਹ ਆਪਣਾ ਜਿਹੜਾ ਕੰਮ ਆ ਉਹੀ ਕਰ। ਇਹ ਨਾ ਹੋਵੇ ਅਸੀਂ ਵੀ ਨਹਾ ਧੋ ਕੇ ਤੇਰੇ ਪਿੱਛੇ ਪੈ ਜਾਈਏ, ਤੇਰਾ ਲੱਭੀਏ ਵੀ ਸਾਰਾ ਕੁਝ, ਤੂੰ ਕਿਹੜੀਆਂ ਕਰਤੂਤਾਂ ਕੀਤੀਆਂ ਹੋਈਆਂ, ਅਤੇ ਮੁੜ ਕੇ ਹੱਥ ਲਾਉਂਦਾ ਦੇਖੇਗਾ ਫਿਰ ਵੀ ਤੇਰੇ ਪਿੱਛੇ ਕੀ ਕੀ ਹੈਗਾ, ਤਾਂ ਪਤਾ ਸਭ ਨੂੰ ਹੀ ਹੁੰਦਾ ਵੀ ਕੌਣ ਕੀ ਕੀ ਕਰਦਾ।